ਕਿਰਨ ਰਾਓ ਅਤੇ ਆਮਿਰ ਖਾਨ ਬਾਲੀਵੁੱਡ ਦੇ ਐਕਸ ਕਪਲ ਬਣ ਚੁੱਕੇ ਨੇ, ਪਰ ਅਕਸਰ ਹੀ ਇੱਕ ਦੂਸਰੇ ਦੇ ਨਾਲ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਨੇ। ਹਾਲ ਦੇ ਵਿੱਚ ਜਦੋਂ ਕਿਰਨ ਰਾਓ ਦੀ ਫਿਲਮ ਲਾਪਤਾ ਲੇਡੀਜ਼ ਰਿਲੀਜ਼ ਹੋਈ ਸੀ ਤਾਂ ਦੋਵਾਂ ਨੇ ਇਕੱਠੇ ਫਿਲਮ ਦਾ ਪ੍ਰਮੋਸ਼ਨ ਵੀ ਕੀਤਾ। ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆਏ ਨੇ। ਇਹ ਦੇਖ ਕੇ ਫੈਨਸ ਵੀ ਇਸ ਗੱਲ ਨੂੰ ਲੈ ਕੇ ਉਲਝ ਗਏ ਸਨ ਕਿ ਉਹਨਾਂ ਦਾ ਤਲਾਕ ਹੋਇਆ ਹੈ ਜਾਂ ਫਿਰ ਨਹੀਂ। ਹੁਣ ਤਲਾਕ ਦੇ ਲਗਭਗ 3 ਸਾਲਾਂ ਬਾਅਦ ਕਿਰਨ ਨੇ ਆਮਿਰ ਖਾਨ ਤੋਂ ਵੱਖ ਹੋਣ ਬਾਰੇ ਆਪਣੀ ਜ਼ਿੰਦਗੀ ਬਾਰੇ ਗੱਲਬਾਤ ਕੀਤੀ। ਕਿਰਨ ਰਾਓ ਨੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਵਿੱਚ ਆਪਣੀ ਪਰਸਨਲ ਐਂਡ ਪ੍ਰੋਫੈਸ਼ਨਲ ਲਾਈਫ ਬਾਰੇ ਗੱਲਬਾਤ ਕੀਤੀ। ਇਸ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਆਮਿਰ ਖਾਨ ਤੋਂ ਉਸਦਾ ਤਲਾਕ ਲੈਣਾ ਕਾਫੀ ਸੁਖਮਈ ਰਿਹਾ ਹੈ। ਇਸ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਦੀ ਲੋੜ ਹੈ। ਇਹ ਇਸ ਲਈ ਹੈ ਕਿਉਂਕਿ ਅਸੀਂ ਇਨਸਾਨ ਹਾਂ ਤੇ ਜਿਉਂ ਜਿਉਂ ਅਸੀਂ ਵੱਡੇ ਹੁੰਦੇ ਹਾਂ ਅਸੀਂ ਇਨਸਾਨ ਵਜੋਂ ਵੀ ਬਦਲਦੇ ਹਾਂ। ਸਾਨੂੰ ਵੱਖ ਵੱਖ ਚੀਜ਼ਾਂ ਦੀ ਲੋੜ ਹੈ। ਮੈਂ ਸੋਚਿਆ ਕਿ ਇਹ ਤਲਾਕ ਮੈਨੂੰ ਖੁਸ਼ ਕਰ ਦੇਵੇਗਾ। ਉਹ ਲੰਮੇ ਸਮੇਂ ਤੱਕ ਸਿੰਗਲ ਰਹੀ ਸੀ। ਮੈਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਦੀ ਸੀ। ਮੈਨੂੰ ਪਹਿਲਾਂ ਇਕੱਲਾ ਮਹਿਸੂਸ ਹੁੰਦਾ ਸੀ ਪਰ ਹੁਣ ਮੇਰੇ ਬੇਟੇ ਆਜ਼ਾਦ ਦੇ ਕਾਰਨ ਮੈਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ। ਕਿਰਨ ਰਾਓ ਨੇ ਅੱਗੇ ਕਿਹਾ, ਮੈਨੂੰ ਲੱਗਦਾ ਹੈ ਕਿ ਇਕੱਲਾਪਨ ਹੀ ਇੱਕ ਅਜਿਹੀ ਚੀਜ਼ ਹੈ ਜਿਸ ਬਾਰੇ ਲੋਕ ਜ਼ਿਆਦਾਤਰ ਸੋਚ ਕੇ ਚਿੰਤਤ ਹੁੰਦੇ ਨੇ। ਜਦੋਂ ਇਹ ਤਲਾਕ ਲੈਂਦੇ ਹਨ ਤਾਂ ਕੋਈ ਸਾਥੀ ਗੁਆ ਲੈਂਦੇ ਹਾਂ। ਹਾਲਾਂਕਿ ਹੁਣ ਮੈਨੂੰ ਇਕੱਲਾਪਨ ਮਹਿਸੂਸ ਨਹੀਂ ਹੁੰਦਾ। ਸੱਚਮੁੱਚ ਮੈਨੂੰ ਦੋਵਾਂ ਪਰਿਵਾਰਾਂ, ਉਹਨਾਂ ਦੇ ਪਰਿਵਾਰ ਅਤੇ ਮੇਰੇ ਪਰਿਵਾਰ ਤੋਂ ਸਮਰਥਨ ਮਿਲਦਾ ਹੈ। ਇਸ ਲਈ ਇਸ ਤੋਂ ਬਾਅਦ ਸਿਰਫ ਚੰਗੀਆਂ ਚੀਜ਼ਾਂ ਹੀ ਹੁੰਦੀਆਂ ਹਨ। ਇਹ ਇੱਕ ਬਹੁਤ ਹੀ ਸੁਖਮਈ ਤਲਾਕ ਰਿਹਾ ਹੈ। ਕਿਰਨ ਰਾਓ ਨੇ ਅੱਗੇ ਮੰਨਿਆ ਕਿ ਆਮਿਰ ਖਾਨ ਨਾਲ ਆਪਣੇ 15 ਸਾਲ ਦੇ ਵਿਆਹ ਨੂੰ ਖਤਮ ਕਰਨਾ ਉਹਨਾਂ ਲਈ ਆਸਾਨ ਨਹੀਂ ਸੀ। ਉਹਨਾਂ ਨੇ ਦੱਸਿਆ ਕਿ ਇਸ ਰਿਸ਼ਤੇ ਨੂੰ ਖਤਮ ਕਰਨ ਦੇ ਵਿੱਚ ਦੋਹਾਂ ਨੂੰ ਕਾਫੀ ਸਮਾਂ ਲੱਗ ਗਿਆ। ਉਹਨਾਂ ਨੂੰ ਅਤੇ ਆਮਿਰ ਨੂੰ ਆਪਣੇ ਰਿਸ਼ਤੇ ਨੂੰ ਭਾਵਨਾਤਮਕ ਅਤੇ ਮਾਨਸਿਕ ਤੌਰ ਤੇ ਖਤਮ ਕਰਨ ਲਈ ਕਾਫੀ ਸਮਾਂ ਲੱਗਾ। ਕਿਰਨ ਰਾਓ ਨੇ ਇਹ ਕਹਿ ਕੇ ਸਿੱਟਾ ਕੱਢਿਆ ਕਿ ਭਾਵੇਂ ਉਹ ਅਤੇ ਆਮਿਰ ਖਾਨ ਵੱਖ ਹੋ ਗਏ ਹਨ, ਉਹਨਾਂ ਨੂੰ ਆਪਣੇ ਰਿਸ਼ਤੇ ਨੂੰ ਪ੍ਰਭਾਵਿਤ ਕਰਨ ਲਈ ਕਿਸੇ ਕਾਗਜ਼ ਦੀ ਲੋੜ ਨਹੀਂ ਹੈ। ਅਜੇ ਵੀ ਉਹਨਾਂ ਵਿਚਕਾਰ ਬਹੁਤ ਪਿਆਰ ਹੈ, ਬਹੁਤ ਸਾਰਾ ਸਤਿਕਾਰ ਹੈ, ਬਹੁਤ ਸਾਰੀਆਂ ਯਾਦਾਂ, ਖੁਸ਼ੀਆਂ, ਦੁੱਖ ਅਤੇ ਵਿਚਾਰ ਸਾਂਝੇ ਹਨ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਅਸੀਂ ਇੱਕ ਦੂਜੇ ਦੇ ਵਿੱਚ ਦੇਖਦੇ ਹਾਂ। ਇਸ ਲਈ ਮੈਂ ਉਹਨਾਂ ਨੂੰ ਖੋਣਾ ਨਹੀਂ ਚਾਹੁੰਦੀ ਸੀ। ਸਾਨੂੰ ਇਹ ਦੱਸਣ ਲਈ ਕਾਗਜ਼ਾਂ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਵਿਆਹੇ ਹੋਏ ਹਾਂ ਜਾਂ ਫਿਰ ਅਸੀਂ ਵੱਖ ਹੋ ਚੁੱਕੇ ਹਾਂ, ਪਰ ਅਸੀਂ ਜਾਣਦੇ ਹਾਂ ਕਿ ਅਸੀਂ ਇੱਕ ਦੂਜੇ ਲਈ ਕੀ ਮਤਲਬ ਰੱਖਦੇ ਹਾਂ।